स्वागत है ਤੁਹਾਡਾ ਸਾਡੇ ਖੋੜ ਨਵੇਂ ਬਲੌਗ ਦੇ ਵਿੱਚ। ਤਾਂ ਫਿਲਹਾਲ ਅੱਜ ਦਾ ਬਲੌਗ ਕਰਨ ਲੱਗਿਆ ਮੈਂ ਸਟਾਰਟ ਸ਼ਾਮ ਦੇ 4 ਵਜੇ। ਤਾਂ ਫਿਲਹਾਲ ਕਲਰ ਆਪਾਂ ਨੇ ਚੰਗੀ ਤਰ੍ਹਾਂ ਸੁੱਕ ਗਿਆ ਵਾ, ਤੁਸੀਂ ਪਿਛਲੇ ਬਲੌਗ 'ਚ ਦੇਖਿਆ ਤਾ ਤਾਂ ਕਲਰ। ਜੇ ਉਹ ਨਹੀਂ ਦੇਖਿਆ ਤਾਂ ਜਾ ਕੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ, ਜਾ ਕੇ ਦੇਖ ਲਿਓ। ਤਾਂ ਫਿਲਹਾਲ ਕਲਰ ਐਨ ਚੰਗੀ ਤਰ੍ਹਾਂ ਸੁੱਕ ਗਿਆ ਵਾ। ਮੈਂ ਇੱਕ ਵਾਰ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਅਲੱਗ ਅਲੱਗ ਪਾਰਟਾਂ ਨੂੰ ਕਲਰ ਕੀਤਾ ਉਹਦਾ ਉਹ ਜੋੜ ਕੇ ਜੋੜਦੀ ਹੈ। ਫਿਲਹਾਲ ਚੰਗੀ ਤਰ੍ਹਾਂ ਪੂਰੇ ਟਰੈਕਟਰ ਦਾ ਕਲਰ ਇੱਧਰ ਰਿਮਾਂ ਵਰਗੀ ਚੰਗੀ ਤਰ੍ਹਾਂ ਸੁੱਕ ਗਿਆ ਵਾ। ਫਿਲਹਾਲ ਟਾਇਰਾਂ ਦਾ ਵੀ ਕਾਫੀ ਸੁੱਕ ਗਿਆ ਵਾ ਪਹਿਲਾਂ ਨਾਲੋਂ। ਤਾਂ ਹੁਣ ਤਾਂ ਬਾਅਦ 'ਚੋਂ ਲਾਵਾਂਗੇ ਇਹਨੇ ਫਰੇਮ ਜੇ ਲਾ ਲਈ ਨੂੰ ਤਾਂ ਫਿੱਟ ਕਰ ਦਈਏ। ਤਾਂ ਪਹਿਲਾਂ ਛਤਰੀ ਫਿੱਟ ਕਰ ਦਈਏ ਨਾਲੇ, ਤਾਂ ਦੋ ਨਟ ਖੁੱਲ੍ਹਣੇ ਪੈਣੇ ਆਪਾਂ ਨੂੰ। ਤਾਂ ਫਿਲਹਾਲ ਇੱਥੇ ਨਟ ਪਾ ਕੇ ਫਿਰ ਆਪਾਂ ਖੋਲ੍ਹ ਲੈਂਦੇ ਹਾਂ ਦੋ ਨਟ, ਚਾਰ ਨਟ, ਦੋ ਇੱਧਰਲੇ ਦੋ ਇੱਧਰਲੇ, ਫਿਰ ਖੋਲ੍ਹ ਕੇ। ਫਿਲਹਾਲ ਇਹਦਾ ਇੱਕ ਪੈਣੇ ਕੈਪ ਜੇ ਪੈਣੇ ਇਹਦੇ ਵਿੱਚ ਆ ਜਾ, ਤਾਂ ਫਿਲਹਾਲ ਉਹ ਵੀ ਪਾਵਾਂਗੇ। ਤਾਂ ਤਮਿਕਾ ਜਿਹੜੀ ਵੈਰ ਥੱਲੇ ਦੀ ਲੰਕਦੀ ਤੀ ਤਾਂ ਫੈਵੀਕੁਇਕ ਲਾ, ਤੁਹਾਨੂੰ ਪੱਕੀ ਚੰਗ ਨਾਲ ਚਿਪ ਕੇ ਰਹੂੰਗੀ। ਤਾਂ ਫਿਲਹਾਲ ਇੱਧਰ ਤਾਂ ਉੱਚੀ ਨੀਵੀਂ ਹੋ ਜਾਊਂਗੀ। ਚਲੋ ਇੱਕ ਇੱਕ ਪਾਰਟ ਜਿਹੜੇ ਸਟੇਅਰਿੰਗ ਸਲਾਂਸਰ ਇਹਦਾ ਹੈਂਡ ਰੇਸ ਤਾਂ ਆਪਣਾ ਬਾਅਦ 'ਚ ਫਿੱਟ ਕਰਨੀ, ਫਿਲਹਾਲ ਕਰ ਦੇਣੀ ਉਹਦੇ ਟੈਂਪਰੇਰੀ ਪਰਮਾਨੈਂਟ ਬਾਅਦ 'ਚ ਕਰਾਂਗੇ ਜਦੋਂ ਤੇ ਬਲੈਕ ਕਲਰ ਕਰਨਾ। ਤਾਂ ਫਿਲਹਾਲ ਬਲੈਕ ਕਲਰ ਹੋਣਾ ਹੀ ਹੈ ਕਿਉਂਕਿ ਆ ਚੀਜ਼ 'ਤੇ ਵੀ ਹੋਣਾ ਬਲੈਕ ਕਲਰ। ਤਾਂ ਫਿਲਹਾਲ ਚਲੋ ਫਿਰ ਇਹਨੂੰ ਐਨ ਚੰਗੀ ਤਰ੍ਹਾਂ ਰੈਡੀ ਕਰਕੇ ਮਿਲਦੇ ਹਾਂ ਬਾਅਦ ਵਿੱਚ। ਮਿੱਤਰੋ ਆਪਣੇ ਟਾਇਰ ਸੁੱਕ ਗਿਆ ਚੰਗੀ ਤਰ੍ਹਾਂ, ਤਾਂ ਬਾਕੀ ਦੇਖ ਸਕਦੇ ਹੋ ਕਿੰਨੇ ਵਧੀਆ ਲੱਗਦੇ, ਇੱਦਾਂ ਲੱਗਦੇ ਜਿੱਦਾਂ ਨਵੇਂ ਹੁੰਦੇ। ਫਿਲਹਾਲ ਥੋੜ੍ਹੀ ਕਿਤੇ ਕਸਰ ਹੈਗੀ ਸੁੱਕਣ 'ਚ, ਮੜੀ ਗਿਆ ਮੜ ਕਲਰ ਜਿਹਾ ਲੱਗ ਗਿਆ ਕਿਤੇ ਪਾਸੇ ਨਹੀਂ ਸੁੱਕਿਆ ਹੋਊਗਾ। ਤਾਂ ਚੱਲ ਕੋਈ ਨਾ ਹੁਣ ਇਹਨੂੰ ਕਰ ਦਈਏ ਫਿੱਟ। ਫਿਲਹਾਲ ਇੱਕ ਨਟ ਰਹਿੰਦਾ ਤਾਂ ਉਹ ਡੇਕ ਵਾਲਾ ਮੈਂ ਲਾ ਦਿੱਤਾ, ਪਹਿਲਾਂ ਛਤਰੀ ਕਰਾਂਗੇ ਬਾਅਦ 'ਚ ਫਿੱਟ, ਪਹਿਲਾਂ ਟਾਇਰ ਲਾ ਕੇ ਫਿਰ ਆ ਲਾ ਦਈਏ। ਤਾਂ ਇੱਕ ਵੀਰ ਨੇ ਕਮੈਂਟ ਕੀਤਾ ਤਾ ਵੀ ਪਰਮਾਮੈਂਟ ਲਾਓ, ਤਾਂ ਆਪਾਂ ਨੇ ਉਹਦੇ ਵੀਰ ਦੇ ਕਮੈਂਟ ਪਰ ਚੱਲ ਪੈਣਾ, ਆਪਾਂ ਨੇ ਪਰਮਾਮੈਂਟ ਲਾ ਦੇਣਾ ਇਹਨੂੰ। ਤਾਂ ਇਹ ਪਰਮਾਮੈਂਟ ਵਧੀਆ ਲੱਗਣਾ ਕਿਉਂਕਿ ਜਦ ਅਸੀਂ ਘੁੰਮਦਾ ਲਾਈਏ ਤਾਂ ਇੱਥੇ ਆ ਜਾਣਾ, ਕੋਈ ਫਾਇਦਾ ਨਹੀਂ ਹੈ। ਠੀਕ ਹੈ ਜੀ, ਤਾਂ ਆਪਾਂ ਨੂੰ ਪਰਮਾਮੈਂਟ ਹੀ ਲਾਉਣਾ ਪੈਣਾ ਹੈ। ਤਾਂ ਚਲੋ ਇਹਨੂੰ ਕਰ ਦਈਏ ਫਿੱਟ, ਤਾਂ ਮਿਲਦੇ ਆ ਤੁਹਾਨੂੰ ਫੈ ਟਾਇਰ ਫਿੱਟ ਕਰਕੇ। ਲਓ ਮਿੱਤਰੋ ਟਾਇਰ ਕਰਤੇ ਫਿੱਟ, ਤਾਂ ਬਾਕੀ ਕਰੋ ਲੁੱਕ ਚੈੱਕ। ਤਾਂ ਫਿਲਹਾਲ ਹੁਣ ਲੱਗਦਾ ਚੋਬਰ ਵਧੀਆ, ਅਤੇ ਇੱਕ ਵਾਰ ਤੁਹਾਨੂੰ ਫਰੰਟ ਸਾਈਡ 'ਤੇ ਲੁੱਕ ਦੱਸ ਦਈਏ। ਤਾਂ ਫਿਲਹਾਲ ਜੇ ਟਾਇਰਾਂ 'ਚ ਛਿੱਕੇ ਪਾਏ ਨਹੀਂ ਮੈਂ। ਲਓ ਮਿੱਤਰੋ ਕਰੋ ਚੈੱਕ ਲੁੱਕ, ਹੁਣ ਲੱਗਦੇ ਟਾਇਰ ਐਨ ਘੈਂਟ। ਤਾਂ ਫਿਲਹਾਲ ਅਮੜਿਕ ਲੋ ਕਰਤੇ ਸਾਫ ਇਹ ਵੀ। ਲਓ ਹੁਣ ਹੋ ਗਏ ਆਪਾਂ ਦੇ ਟਾਇਰ ਰੈਡੀ। ਚਲੋ ਇੱਕ ਵਾਰ ਇਹਨਾਂ 'ਚ ਕੈਪ ਨਾ ਕੈਪ ਬਾਅਦ 'ਚ ਪਾਵਾਂਗੇ, ਪਹਿਲਾਂ ਆ ਕਰੀਏ ਫਿੱਟ, ਨਾਲੇ ਕਰ ਦਈਏ ਹੁੱਡ ਫਿੱਟ, ਬਾਕੀ ਫਿਰ ਬਾਅਦ 'ਚੋਂ ਕੰਮ ਕਰਾਂਗੇ। ਤਾਂ ਫਿਲਹਾਲ ਆਪਣੇ ਇਹਨਾਂ ਨਾਲ ਅਜੇ ਤਾਂ ਫਿੱਟ ਕਰਨੀ ਨਹੀਂ, ਪਰ ਹੁੱਡ ਫਿੱਟ ਕਰਕੇ ਫਿਰ ਬਾਅਦ 'ਚੋਂ ਸਟਿੱਕਰ ਲਾ ਕੇ ਫਰੇਮ ਲਾ ਕੇ ਫਿਰ ਆਪਾਂ ਕਰਾਂਗੇ ਫਿੱਟ। ਤਾਂ ਇਹ ਫਿੱਟ ਚੀਜ਼ ਕਰਕੇ ਮਿਲਦੇ ਆ ਤੁਹਾਨੂੰ ਬਾਅਦ ਵਿੱਚ। ਲਓ ਮਿੱਤਰੋ ਛਤਰੀ ਆਪਣੇ ਕਰਤੀ ਕਸ, ਤਾਂ ਫਿਲਹਾਲ ਐਪਰ ਉੱਦਾਂ ਪਰਮਾਮੈਂਟ ਚੜ੍ਹਾਇਆ ਉਹਦੀ ਦੇਖ ਲਿਆ ਹੁਣ, ਤਾਂ ਇਹ ਸਕਰੂ ਆਪਾਂ ਨੇ ਫਿੱਟ ਕਰਨੇ ਨਹੀਂ, ਅਤੇ ਬਾਅਦ 'ਚ ਫਿਰ ਆਪਾਂ ਨੂੰ ਖੋਲ੍ਹਣੇ ਪੈਣੇ। ਫਿਲਹਾਲ ਇੱਕ ਵਾਰ ਤੁਹਾਨੂੰ ਲੁੱਕ ਦੱਸ ਦਈਏ ਟਰੈਕਟਰ ਦੀ, ਉਹ ਚੈੱਕ ਕਰੋ। ਫਿਲਹਾਲ ਸਾਈਡ 'ਤੇ ਵਧੀਆ ਲੱਗਦੀ ਜ਼ਿਆਦਾ, ਤਾਂ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਆਪਣਾ ਟਰੈਕਟਰ।
ਤਾਂ ਫਿਲਹਾਲ ਜਾਂ ਪੂਰਾ ਰੈਡੀ ਹੋ ਜਾਊਗਾ ਤਾਂ ਵੀ ਕਰਿਓ ਕਮੈਂਟ ਕਿੱਦਾਂ ਦਾ ਲੱਗਿਆ। ਤਾਂ ਫਿਲਹਾਲ ਹੁਣ ਇਹਦੇ ਸਿਰਫ ਰਹਿ ਗਏ ਰਿਮ ਲੱਗਣ ਨੂੰ, ਇਹ ਗਿਰ ਗਿਆ। ਚੱਲ ਕੋਈ ਨਾ, ਹੁਣ ਇਹਨੂੰ ਸਾਈਡ ਪਰ ਰੱਖ ਦਈਏ। ਫਿਲਹਾਲ ਦੇਖੋ ਪਿੱਛੇ ਦੇ ਲੁੱਕ ਕਿੰਨੀ ਗਾਡਰ ਲੱਗਦੀ, ਗਾਡਰ ਮੇਰੇ ਵੀਰੋ ਗਾਡਰ। ਆਹ ਦੇਖੋ ਮੇਰੇ ਵੀਰ ਨੇ ਕਮੈਂਟ ਕੀਤਾ, ਕਹਿੰਦਾ ਡਾਊਨ ਸੀ ਨਹੀਂ ਕਰੋ। ਇੰਨੀ ਕੁ ਚੀਜ਼ 'ਚ ਕੌਣ ਡਾਊਨ ਸੀ ਨਹੀਂ ਕਰਦਾ ਓਏ, ਨਾ ਨਾ ਮੈਂ ਤਾਂ ਮਜ਼ਾਕ ਕਰਦਾ ਤਾ। ਤਾਂ ਫਿਲਹਾਲ ਇੰਨੀ ਕੁ ਚੀਜ਼ 'ਚ ਡਾਊਨ ਸੀਲਿੰਗ ਹੋਣੀ ਨਹੀਂ, ਕਿਉਂਕਿ ਲਾਈਟਿੰਗ ਦਾ ਅਸੀਂ ਸਾਈਡ 'ਤੇ ਪੱਟੀ ਲਾਈ ਵੀ ਨਹੀਂ, ਤਾਂ ਕਰਕੇ ਡਾਊਨ ਸੀਲਿੰਗ ਹੋਣੀ ਨਹੀਂ। ਤਾਂ ਕੋਈ ਨਾ, ਜਾ ਇੱਥੇ ਫਿਰ ਖਰਾਬੀ ਆ ਜੂਗੀ, ਫਿਰ ਪੱਕਾ ਕਰਾਂਗੇ ਡਾਊਨ ਸੀਲਿੰਗ, ਤਾਂ ਵਧੀਆ ਢੰਗ ਨਾਲ ਲਾਈਟਿੰਗ ਨਾਲ ਕਰਾਂਗੇ। ਤਾਂ ਫਿਲਹਾਲ ਇੱਕ ਦਾ ਕਮੈਂਟ ਆਇਆ, ਜਾਂ 10-15 ਜਣੇ ਦਾ ਕਮੈਂਟ ਆਇਆ ਹੁੰਦਾ ਤਾਂ ਡਾਊਨ ਸੀਲਿੰਗ ਦਾ ਆਪਾਂ 100% ਆਪਣੇ ਡਾਊਨ ਸੀਲਿੰਗ ਕਰ ਦੇਣੀ ਸੀ। ਫਿਲਹਾਲ ਇਹਦਾ ਰਿਮ ਤਾਂ ਸਲਾਂਸਰ ਫਿਲਟਰ ਜੋ ਵੀ ਹੈਗਾ ਸਟੇਅਰਿੰਗ ਤਾਂ ਇਹ ਕੱਸ ਦਈਏ, ਫਿਰ ਇਹ ਤੁਹਾਨੂੰ ਲੁੱਕ ਚੰਗੀ ਤਰ੍ਹਾਂ ਦੱਸਾਂਗੇ। ਚਲੋ ਫਿਰ ਮਿਲਦੇ ਹਾਂ, ਚਾਰ ਪੰਜ ਚੀਜ਼ਾਂ ਨੂੰ ਕੱਸ ਕੇ ਚੰਗੀ ਤਰ੍ਹਾਂ। ਚਲੋ ਫਿਰ ਲਓ ਮਿੱਤਰੋ, ਸਾਰੀਆਂ ਚੀਜ਼ਾਂ ਕੱਸਤੀਆਂ ਜੋ ਜੋ ਕਿਹਾ ਤਾਂ ਮੈਂ। ਤਾਂ ਫਿਲਹਾਲ ਹੁਣ ਕਰੋ ਟਰੈਕਟਰ ਦੀ ਲੁੱਕ ਚੈੱਕ, ਅਤੇ ਇੱਕ ਇੱਕ ਚੀਜ਼ ਆ ਫਿਲਟਰ ਤਾਂ ਸਲਾਂਸਰ ਵੀ ਕਰਤਾ ਫਿੱਟ, ਅਤੇ ਇੱਧਰ ਸਟੇਅਰਿੰਗ ਮੇਰੇ ਵੀਰੋ ਸਟੇਅਰਿੰਗ। ਤਾਂ ਫਿਲਹਾਲ ਇੱਧਰ ਛਤਰੀ ਤਾਂ ਰਿਮ ਆਪਣੇ, ਇਹ ਕਮੈਂਟ ਕਰਕੇ ਸਭ ਤੋਂ ਜ਼ਿਆਦਾ ਇਹ ਲੱਗੇ ਮੈਨੂੰ ਵਧੀਆ। ਤਾਂ ਫਿਲਹਾਲ ਇੱਕੋ ਕੋਈ ਬਲੈਕ ਕਲਰ ਕਰਨੇ ਲੋੜ ਨਹੀਂ ਹੈ, ਸਿਲਵਰ ਵਧੀਆ ਲੱਗਦੇ। ਤਾਂ ਫਿਲਹਾਲ ਹੁਣ ਕਰੋ ਲੁੱਕ ਚੈੱਕ, ਹੁਣ ਇੱਕ ਵਾਰ ਚਲਾ ਕੇ ਦੱਸ ਦਈਏ, ਕਿਉਂਕਿ ਇੱਕ ਨਾਟੀ ਦੇ ਪਾਏ ਲਈਏ ਆਪਾਂ। ਤਾਂ ਇੱਕ ਇੱਧਰ ਦਾ ਪਾ ਦੇਣਾ, ਇੱਕ ਸਕਰਿਊ ਉੱਧਰ ਲਾ ਪਾ ਲੈਣਾ। ਚਲੋ ਫਿਰ ਮਿਲਦੇ ਆ ਤੁਹਾਨੂੰ 2 ਸਕਰਿਊ ਪਾ ਕੇ। ਮਿੱਤਰੋ ਛਤਰੀ ਆਪਣੇ ਉੱਡ ਕੱਸਤੀ, ਫਿਲਹਾਲ ਮਾੜੀ ਜਿਹੀ ਕੱਸੀ ਆਪਣੇ, ਕਿਉਂਕਿ ਪ੍ਰੋਬਲਮ ਆ ਗਈ ਆਪਣੀ, ਇਹ ਥੋੜ੍ਹੀ ਜਿਹੀ ਟੇਢੀ ਹੈ, ਕਿਉਂਕਿ ਜਿਹੜਾ ਆਹ ਸ਼ੇਕ ਹੈ ਆਪਣਾ ਇੱਥੇ ਲਾਵਾਂਗੇ ਇਹਨੂੰ ਸਾਹਮਣੇ ਕਿ ਸ਼ੇਕ ਹੋਣਾ, ਤਾਂ ਮੈਂ ਇੱਕ ਵਾਰ ਤੁਹਾਨੂੰ ਚਲਾ ਕੇ ਦੱਸ ਦਈਏ। ਫਿਰ ਅਗਲਾ ਬਲੌਕ ਕਰਾਂਗੇ ਆਪਣਾ ਸਟਾਰਟ, ਬਸ ਇੰਨਾ ਕੁ ਬਲੌਕ ਮੈਂ ਕਰਨਾ ਤਾਂ ਸ਼ੂਟ। ਫਿਲਹਾਲ ਅਗਲਾ ਬਲੌਕ ਹੋਊਗਾ ਸਟੀਕਰਾਂ ਦੇ ਉੱਪਰ, ਓਕੇ, ਨਾਲੇ ਫਰੇਮ ਦੇ ਵਿੱਚ। ਕਲਿੱਪ ਮਾਰਦਾ ਕਿੰਨਾ ਖਰਾ ਲੱਗਦਾ। ਤਾਂ ਫਿਲਹਾਲ ਟਾਇਰਾਂ ਨਾਲ ਹੁਣ ਵਧੀਆ ਲੱਗਣ ਲੱਗ ਪਿਆ ਆਪਣਾ ਟਰੈਕਟਰ। ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦਾ ਲੱਗਿਆ ਆਪਣਾ ਹੋਲ ਐਂਡ ਟਰੈਕਟਰ। ਫਿਲਹਾਲ ਅਜਾ ਤਾਂ ਵਧੀਆ ਲੱਗਦਾ ਨਹੀਂ, ਸਟੀਕਰ ਛਪ ਜੂੰਗੇ ਫਿਰ ਹੋਰ ਵੀ ਹੱਥ ਲੱਗਣਾ। ਚਲੋ ਵੀ ਹੁਣ ਕਰਦੇ ਹਾਂ ਬਲੌਗ ਨੂੰ ਐਂਡ। ਤਾਂ ਫਿਲਹਾਲ ਇਹ ਬਲੌਕ ਛੋਟਾ ਆਊਂਗਾ, ਤਾਂ ਫਿਲਹਾਲ ਉਹਦੇ ਵਾਸਤੇ ਇਗਨੋਰ ਕਰਿਓ। ਤਾਂ ਹੁਣ ਕਰਦੇ ਹਾਂ ਬਲੌਗ ਐਂਡ, ਮਿਲਦੇ ਹਾਂ ਨਵੇਂ ਬਲੌਗ ਦੇ ਵਿੱਚ। ਤਾਂ ਜਿਹੜੇ ਆਪਣੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਬੈਲ ਆਈਕਨ ਨੂੰ ਉਹ 'ਤੇ ਸੈੱਟ ਕਰਕੇ ਜਾਇਓ। ਤਾਂ ਅਗਲਾ ਬਲੌਗ ਇੰਟਰਸਟਿੰਗ ਹੋਊਗਾ, ਤਾਂ ਆਪਣਾ ਸ਼ਾਇਦ ਆਪਾਂ ਅਗਲੇ ਬਲੌਗ 'ਚ ਆਪਣਾ ਮਹਿੰਦਰਾ ਵੀ ਦਿਖਾਵਾਂਗੇ, ਤਾਂ ਉਹਦੇ 'ਤੇ ਵੀ ਥੋੜ੍ਹਾ ਕੰਮ ਕਰਨਾ ਆਪਾਂ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਜਾਂ ਅਗਲਾ ਬਲੌਗ ਦੇਖਣ ਲਈ ਤਿਆਰ ਹੋ ਜਾਓ। ਤਾਂ ਚਲੋ ਫਿਰ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ, ਬਾਏ।